ਵੀਰੇ ਮਾਰਵਾੜੀ ਆ ਇਹ? ਹਾਂਜੀ ਇਹ ਘੋੜੀ ਆਪਣੀ ਜੀ ਮਾਰਵਾੜੀ ਆ ਤੇ ਇਹਦਾ ਜਿਹੜਾ ਬੱਚਾ ਇਹ ਸ਼ੇਰੇ ਦਾ ਬੱਚਾ ਜੀ। ਇਹ ਸ਼ੇਰੇ ਦਾ ਬੱਚਾ? ਹਾਂਜੀ ਇਹ ਬਛੇਰੀ ਆ ਜੀ, 1 ਮਹੀਨੇ ਦੀ ਹੋਈ ਆ ਅੱਜ। 1 ਮਹੀਨੇ ਦੀ ਹੋਈ? ਠੀਕ ਹੈ ਠੀਕ। ਇਹ ਬਛੇਰੀ ਜਿਹੜੀ 1 ਮਹੀਨੇ ਘੱਟ ਦੀ ਸੂਈ ਸੀ ਪਰ ਫੇਰ ਵੀ ਰੱਬ ਦੇ ਕਿਰਪਾ ਨਾਲ ਇਹ ਪੂਰੀ ਪੂਰੀ ਹਾਈਟ ਕਰ ਗਈ ਆ। ਠੀਕ ਆ ਵੀਰੇ। ਹਾਂਜੀ ਇਹਦਾ ਰਿਜ਼ਲਟ ਨਹੀਂ ਬਹੁਤ ਚੰਗੀ ਆ, ਇਹ ਸ਼ੇਰੇ ਦੀ ਹੈ ਨਾ ਵੀਰੇ? ਇਹ ਸ਼ੇਰੇ ਦੀ ਆ ਜੀ, ਹੁਣ ਬੱਚੀ ਆਪਣੀ ਘੋੜੀ ਘਰ ਦੀ ਜੀ ਕ੍ਰੋਸ ਹੋਈ ਸੀ। ਠੀਕ ਆ। ਤੇ ਇਹ ਬੱਚੀ ਸ਼ੇਰੇ ਦੀ ਆ ਜੀ ਤੇ ਬਾਕੀ ਹੁਣ ਇੱਕ ਹੋਰ ਘੋੜੀ ਆਪਣੇ ਘਰ ਦੀ ਹੈਗੀ ਆ ਜੀ, ਉਹ ਵੀ ਹੁਣ ਗੱਭਣ ਆ ਨੀਲੀ ਚੰਬੀ ਤੇ ਉਹਦਾ ਵੀ ਬੱਚਾ ਰਿਜ਼ਲਟ ਆਊਗਾ ਆਪਾਂ ਨੂੰ 4-5 ਮਹੀਨੇ ਦੇ ਬਾਅਦ ਰਿਜ਼ਲਟ ਉਹਦਾ ਵੀ ਆਏਗਾ। ਠੀਕ ਆ ਵੀਰੇ। ਵੀਰੇ ਇਹਦਾ ਕੀ ਨਾਮ ਹੈ ਬੱਚੇ ਦਾ? ਇਹਦਾ ਨਾਮ ਰੱਖਿਆ ਜੀ ਆਪਾਂ ਮੰਤਰੀ। ਮੰਤਰੀ? ਠੀਕ ਆ। ਤੇ ਵੀਰੇ ਕਿੰਨੀ ਉਮਰ ਹੋ ਗਈ ਇਹਦੀ? ਇਹਦਾ ਬਰਥ ਹੈਗਾ ਜੀ ਮਾਰਚ ਦੇ ਐਂਡ ਦੇ ਵਿੱਚ ਦਾ ਬਰਥ ਹੈ ਜੀ, 25 ਮਾਰਚ ਦਾ ਬਰਥ ਹੈ ਜੀ ਇਹਦਾ। ਠੀਕ ਆ। ਤੇ ਬਾਕੀ ਇਹ ਆਪਣੀ ਬਛੇਰੀ ਘਰ ਦੀ ਸੀਗੀ ਇੱਕ ਨੌਕਰੀ ਦੀ। ਠੀਕ ਹੈ। ਬੱਚਾ ਜੀ ਤੇ ਬਾਪ ਇਹਦਾ ਹੈਗਾ ਅਬੋਹਰ ਵਾਲੀ ਲੈਨ ਚੋਂ। ਅਬੋਹਰ ਵਾਲੀ ਲੈਨ ਚੋਂ? ਹਾਂਜੀ ਇਹ ਆਪਣੇ ਡਾਕਟਰ ਸਾਹਿਬ ਸੀਗੇ ਆਪਣੇ ਆਪਣੇ ਸ਼੍ਰੀ ਦੇ ਸੰਧੂ ਸਟੱਡ ਫਾਰਮ। ਠੀਕ ਹੈ। ਉਹਦੇ ਘਰੇ ਕੂੜਾ ਖੜਾ ਜੀ। ਹਾਂਜੀ ਉਹਦਾ ਬੱਚਾ ਜੀ। ਉਹਦਾ ਬੱਚਾ? ਠੀਕ ਹੈ ਠੀਕ ਹੈ। ਤੇ ਵੀਰੇ ਤੁਸੀਂ ਸੇਲ ਕਰ ਸਕਦੇ ਹੋ? ਇਹ ਫਿਲਹਾਲ ਦੀ ਫੋਰ ਸੇਲ ਹੈ ਜੀ। ਠੀਕ ਹੈ। ਤੇ ਬਾਕੀ ਜਿੱਦਾਂ ਜੇ ਕੋਈ ਇੰਟਰਸਟਿਡ ਹੋਵੇ ਤੇ ਆਪਾਂ ਨੂੰ ਕੰਟੈਕਟ ਕਰ ਸਕਦਾ ਜੀ। ਠੀਕ ਹੈ ਜੀ। ਜੇ ਕਿਸੇ ਮੇਰੇ ਵੀਰ ਨੇ ਇਹ ਬੱਚਾ ਖਰੀਦਣਾ ਹੋਇਆ ਮੈਂ ਥੱਲੇ ਭਾਅ ਜੀ ਉਹਨਾਂ ਦਾ ਨੰਬਰ ਦੇ ਦਾਂਗਾ, ਕੰਟੈਕਟ ਕਰ ਲਿਓ ਭਾਅ ਜੀ ਉਹਨਾਂ ਨਾਲ, ਵੀਡੀਓ ਦੇ ਵਿੱਚ ਵੀ ਹੈਗਾ ਨੰਬਰ। ਸੋ ਇਹ ਭਾਅ ਜੀ ਇਹ ਕਲਰ ਕਿਹੜਾ? ਇਹਨੂੰ ਲਾਲ ਚੰਬਾ ਕਹਿ ਦਿੰਦੇ ਵੀਰੇ। ਲਾਲ ਚੰਬਾ ਕਹਿ ਦਿੰਦੇ ਆ? ਠੀਕ ਹੈ ਠੀਕ ਹੈ। ਬਹੁਤ ਠੰਡਾ ਸੁਭਾਅ ਆ ਜੀ, ਬਹੁਤ ਜ਼ਿਆਦਾ ਘੁਲ ਮਿਲ ਕੇ ਰਹਿੰਦਾ ਆ ਬੱਚਾ। ਹੈਗੀ ਮਾਂ? ਹੈਗਾ ਮਾਰਵਾੜੀ ਆ? ਹਾਂਜੀ ਮਾਰਵਾੜੀ ਦੇ ਵਿੱਚ ਆਉਂਦੇ ਜੀ। ਠੀਕ ਹੈ। ਮਾਰਵਾੜੀ 'ਚ ਕੰਨਾਂ ਦਾ ਬਹੁਤ ਸ਼ੌਕੀਨ ਹੈ ਭਾਅ ਜੀ। ਬਾਕੀ ਕੰਨ ਗ੍ਰਾਂ ਤੇ ਤੁਸੀਂ ਦੇ ਸਕਦੇ ਆ। ਠੀਕ ਹੈ। ਕਿੱਥੇ ਜਾਂਦੇ ਆ? ਲਓ ਜੀ ਮੈਂ ਇੱਕ ਵਾਰ ਕੰਨ ਦਿਖਾ ਦਿੰਦਾ ਘੋੜੇ ਦੇ ਬੱਚੇ ਦੇ। ਵੀਰੇ ਇਹਦਾ ਕੀ ਨਾਮ ਆ? ਇਹਦਾ ਨਾਮ ਇਹਦਾ ਰੇਖਾ। ਰੇਖਾ? ਹਾਂਜੀ। ਠੀਕ ਹੈ ਠੀਕ ਆ। ਤੇ ਵੀਰੇ ਇਹਦੀ ਉਮਰ ਕਿੰਨੀ ਆ? ਉਮਰ ਦਾ ਅੰਦਾਜ਼ਾ ਭਾਅ ਜੀ ਇਸ ਗੱਲ ਤੋਂ ਲਾ ਸਕਦੇ ਆ ਕਿ 2004 ਦੇ ਵਿੱਚ ਆਪਣੇ ਕੋਲ ਆਈ ਸੀ। 2004 ਚ ਆਈ ਸੀ? ਹਾਂਜੀ ਉਦੋਂ ਇਹ ਛੋਟੀ ਜੀ ਬੱਚੀ ਸੀ। ਠੀਕ ਹੈ ਠੀਕ ਹੈ। ਇਹ ਆਪਾਂ ਤਾਂ ਵੈਸੇ ਕੋ ਰੱਖਣ ਦੇ ਹੱਕ ਤੇ ਹੈ ਨਹੀਂਗੇ, ਠੀਕ ਹੈ, ਆਪਾਂ ਨਾ ਰეკਮੈਂਡ ਹੀ ਕਰਦੇ ਆ ਕਿ ਇਦਾਂ ਦੇ ਜੰਗਲੀ ਜਾਨਵਰ ਨੂੰ ਆਪਣੇ ਘਰ ਚ ਰੱਖੋ। ਪਰ ਗੱਲ ਇਹ ਸੀ ਜੇ ਕਿਸੇ ਦੇ ਕੋਲ ਅਸੀਂ ਯਾਰ ਮਿੱਤਰ ਕੋਲ ਸੀ ਬੱਚੀ ਉਹਨਾਂ ਨੇ ਲੈ ਕੇ ਆਉਂਦੀ ਸੀ, ਸਾਨੂੰ ਦੱਸਿਆ ਗਿਆ ਕਿ ਜੇ ਉਹਨਾਂ ਨੂੰ ਇਹਨੂੰ ਆਪਾਂ ਜੰਗਲ ਵਿੱਚ ਛੱਡਦੇ ਆ, ਠੀਕ ਹੈ ਵੀਰੇ, ਨਾਲ ਦੇ ਬਾਂਦਰ ਇਹਨਾਂ ਨੂੰ ਡੈਮੇਜ ਕਰ ਸਕਦੇ ਜਾਂ ਮਾਰ ਸਕਦੇ। ਹਾਂਜੀ ਹਾਂਜੀ ਹਾਂਜੀ। ਤਾਂ ਕਰਕੇ ਫਿਰ ਉਹ ਮੁੰਡੇ ਨੇ ਬਾਹਰ ਜਾਣਾ ਸੀ ਤੇ ਆਪਾਂ ਨੂੰ ਗਿਫਟ ਕਰ ਗਿਆ ਸੀਗਾ ਇਹ। ਠੀਕ ਹੈ ਵੀਰੇ। ਹਾਂਜੀ ਤੇ ਹੁਣ ਉਦੋਂ ਦੀ ਆਪਣੇ ਕੋਲ ਹੀ ਆ ਜੀ ਇਹ, ਤੇ ਆਪਣੇ ਵਾਂਗੂ ਬਸ ਜੋ ਇਹਦਾ ਜੀ ਕਰਦਾ ਇਹਨੂੰ ਪਾਲੀ ਦਾ ਆ, ਰੋਟੀ ਪਾਣੀ ਖਾਂਦੀ ਆ, ਫਲ ਫਰੂਟ ਖਾਂਦੀ ਆ ਡੇਲੀ। ਠੀਕ ਹੈ ਵੀਰੇ। ਤੇ ਇਹਦੀ ਬਸ ਦਿਨ 'ਚ 2 ਵਾਰ ਲੋਕੇਸ਼ਨ ਚੇਂਜ ਹੁੰਦੀ ਆ, ਤੇ ਸਿਆਲੇ ਸਿਆਲਾ ਗਰਮੀਆਂ ਦੇ ਵਿੱਚ ਇਹਦਾ ਖਾਸ ਪ੍ਰਬੰਧ ਹੁੰਦਾ। ਠੀਕ ਹੈ ਵੀਰੇ। ਤੇ ਸਾਡੇ ਸਾਰੇ ਘਰ ਦੇ ਮੈਂਬਰਾਂ ਨੂੰ ਆਪਣਾ ਜ਼ਿਆਦਾ ਇਹਦਾ ਫਿਕਰ ਹੁੰਦਾ ਹੈ। ਤੇ ਵੀਰੇ ਇਹਨੂੰ ਖੁਰਾਕ ਵਗੈਰਾ ਕੀ ਪਾਉਂਦੇ ਹੋ ਫਿਰ? ਖੁਰਾਕ ਜੀ ਬਸ ਦਾਲ ਰੋਟੀ ਵਧੀਆ ਖਾਂਦੀ ਆ ਜੀ। ਠੀਕ ਹੈ। ਤੇ ਫਲ ਫਰੂਟ ਹੁੰਦੀ ਆ ਮੇਨ ਜੀ। ਫਲ ਫਰੂਟ ਤਾਂ ਹਾਂਜੀ, ਸੇਬ ਕੇਲੇ ਇਹਦੇ ਲਿਆ ਕੇ ਵੱਖਰੇ ਪਏ ਹੁੰਦੇ ਆ। ਠੀਕ ਹੈ ਜੀ। ਤੇ ਬਸ ਸਾਡੇ ਘਰ ਜਿੱਦਾਂ ਹੁਣ ਸਾਡੇ ਘਰ ਦੀ ਲੇਡੀਜ਼ ਵੀ ਜਿੱਦਾਂ ਮਾਤਾ ਹੋਣੀ ਹੁੰਦੀ ਆ ਉਹਨੂੰ ਸਾਡਾ ਇੰਨਾ ਫਿਕਰ ਨਹੀਂ ਹੁੰਦਾ, ਫਲ ਫਰੂਟ ਹੋ ਜਾਂਦਾ ਜ਼ਿਆਦਾ ਹੁੰਦਾ ਜੀ। ਠੀਕ ਹੈ ਠੀਕ ਹੈ। ਇਹਨੂੰ ਦਿਹਾੜੀ ਦੇ ਵਿੱਚ ਇੱਕ ਵਾਰ ਫਲ ਫਰੂਟ ਚਾਹੀਦਾ ਚਾਹੀਦਾ। ਠੀਕ ਹੈ ਵੀਰੇ। ਕਾਫੀ ਪਿਆਰ ਆ, ਕਾਫੀ ਪਿਆਰ ਕਰਦੀ। ਹਾਂਜੀ ਹਾਂਜੀ ਬਾਕੀ ਇੰਦਾਂ ਹੀ ਆ, ਜਿੰਨੀ ਤੁਸੀਂ ਕਿਸੇ ਵੀ ਜਾਨਵਰ ਦੀ ਕੇਅਰ ਕਰੋਗੇ ਤੁਹਾਨੂੰ ਉਹਦਾ ਦੁੱਗਣਾ ਪਿਆਰ ਦਊਗਾ ਜੀ। ਠੀਕ ਹੈ ਵੀਰੇ। ਆਪਣਾ ਨਾ ਪਿਆਰ ਦਿਖਾਉਣ ਦਾ ਤਰੀਕਾ ਹੁੰਦਾ। ਠੀਕ ਹੈ ਜੀ। ਜਿੱਦਾਂ ਹੁਣ ਜਿਹੜੀ ਬਾਂਦਰ ਪ੍ਰਜਾਤੀ ਆ, ਹਾਂਜੀ, ਇਹਨਾਂ ਦੇ ਵਿੱਚ ਇੱਕ ਦੂਜੇ ਦੀ ਕੇਅਰ ਇਹ ਉਹਨਾਂ ਦੀ ਸਫਾਈ ਕਰਕੇ ਕਰਦੇ ਹੁੰਦੇ, ਉਹਨਾਂ ਨੂੰ ਦਿਖਾਉਂਦੇ ਆਪਣਾ ਪਿਆਰ ਸ਼ੋ ਕਰਦੇ ਆ ਇੱਕ ਦੂਜੇ ਦੀ ਕੇਅਰ ਕਰਕੇ ਸਫਾਈ ਕਰਕੇ। ਭਾਜੀ ਇਹਦਾ ਕੀ ਨਾਮ ਹੈ ਘੋੜੇ ਦਾ? ਇਹਦਾ ਨਾਮ ਹੈਗਾ ਜੀ ਸ਼ੂਟਰ। ਸ਼ੂਟਰ? ਹਾਂਜੀ। ਤੇ ਭਾਜੀ ਇਹਦੀ ਕਿੰਨੀ ਉਮਰ ਹੋ ਗਈ? ਇਹ ਜੀ 5.5 ਸਾਲਾਂ ਦੀ ਉਮਰ ਹੈ ਜੀ ਇਹਦੀ। 5.5 ਸਾਲਾਂ ਦੀ ਉਮਰ ਹੈ? ਹਾਂਜੀ ਹਾਂਜੀ ਬਿਲਕੁਲ ਜੀ। ਕੰਨਾਂ ਕੁੰਨਾਂ ਦਾ ਬਹੁਤ ਬਾਬਾ ਸ਼ੌਕੀਨ ਹੈ? ਹਾਂਜੀ ਹਾਂਜੀ। ਪਿੱਛੇ ਆਪਾਂ ਨੂੰ ਇਹਦੀ ਲਾਈਨ ਦੱਸੀ ਗਈ ਆ ਕਿ ਇਹ ਕਾਲੇ ਕੰਡ ਦਾ ਬੱਚਾ ਜੀ, ਮਤਲਬ ਕਾਲੇ ਕੰਡ ਦੀ ਕੁੱਲ ਚੋਂ ਆ। ਠੀਕ ਹੈ। ਆਪਾਂ ਕਲੇਮ ਨਹੀਂ ਕਰਦੇ ਹੈਗੇ। ਠੀਕ ਹੈ ਠੀਕ ਹੈ। ਸਾਨੂੰ ਇਹਦੀ ਇਨਫੋਰਮੇਸ਼ਨ ਹੈ ਨਹੀਂ ਕਿ ਜਿਹੜੇ ਬੰਦੇ ਤੋਂ ਆਪਾਂ ਲਿਆ ਆ। ਹਾਂਜੀ ਹਾਂਜੀ। ਉਹਨੇ ਆਪਾਂ ਨੂੰ ਇੰਨੀ ਇਨਫੋਰਮੇਸ਼ਨ ਪ੍ਰੋਵਾਈਡ ਨਹੀਂ ਕੀਤੀ ਜੀ। ਠੀਕ ਹੈ। ਤੇ ਬਾਕੀ ਥੋੜ੍ਹਾ ਜਿਹਾ ਮਾਰਕਿੰਗ ਤੋਂ ਅਤੇ ਰੋਕਰ ਕਾਨ ਤੋਂ ਲੱਗਦਾ ਵੀ ਆ ਕਿ ਉਹਦੀ ਲਾਈਨ 'ਚ ਹੋਊਗਾ। ਠੀਕ ਹੈ ਵੀਰੇ। ਹਾਂਜੀ। ਇਹ ਹਾਈਟ ਕਿੰਨੀ ਵੀਰੇ ਇਹਦੀ? ਇਹਦੀ ਹਾਈਟ ਜੀ 63 ਇੰਚ ਆ ਜੀ। 63 ਇੰਚ ਹਾਈਟ ਆ? ਹਾਂਜੀ। ਠੀਕ ਹੈ ਵੀਰੇ। ਇਹ ਆਪਾਂ ਤੋਰੇ ਵਾਸਤੇ ਲਿਆ ਜੀ। ਤੋਰੇ ਵਾਸਤੇ ਲਿਆ? ਇਹ 38-40 ਦੀ ਸਪੀਡ ਤੇ ਰੇਵੀਆ ਵਧੀਆ ਤੁਰਦਾ ਜੀ। ਠੀਕ ਹੈ ਜੀ। 38-40 ਤੇ ਵਧੀਆ ਜਾਂਦਾ? ਬਿਲਕੁਲ ਜੀ ਬਿਲਕੁਲ। ਠੀਕ ਹੈ ਵੀਰੇ। ਤੇ ਇਹ ਸੇਲ ਕਰੂੰਗੇ ਵੀਰੇ ਇਹਨੂੰ?
ਇਹ ਫਿਲਹਾਲ ਫੋਰ ਸੇਲ ਹੈ ਜੀ। ਠੀਕ ਹੈ, ਫੋਰ ਸੇਲ ਆ। ਹਾਂਜੀ ਹਾਂਜੀ, ਠੀਕ ਹੈ ਵੀਰੇ। ਬਾਕੀ ਜੇ ਕੋਈ ਬੰਦਾ ਇੰਟਰਸਟਿਡ ਹੋਵੇ ਤਾਂ ਮੈਨੂੰ ਕੰਟੈਕਟ ਕਰ ਸਕਦਾ। ਠੀਕ ਹੈ ਜੀ। ਸੋ ਜੇ ਮੇਰੇ ਕਿਸੇ ਵੀਰ ਨੇ ਲੈਣਾ ਹੋਇਆ ਘੋੜਾ, ਸੋ ਭਾਅ ਜੀ ਉਹਨਾਂ ਨਾਲ ਕੰਟੈਕਟ ਕਰ ਲਿਓ। ਵਿਦੇਸ਼ਾ ਫਾਰਮ, ਬਿਲੇ ਰਾਮ, ਬਿਲੇ ਰਾਮਪੁਰ, ਅਤੇ ਨੂਰ ਮਹਿਲ ਲਾਗੇ ਪੈ ਜਾਂਦਾ ਵੀ। ਸੋ ਭਾਅ ਜੀ ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ ਸਾਨੂੰ ਟਾਈਮ ਦੇਣ ਲਈ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਘੋੜਿਆਂ ਨੂੰ ਕਵਰ ਕਰਨ ਲਈ, ਅਤੇ ਆਪਾਂ ਬਹੁਤ ਲਾਈਕ ਆਪਾਂ ਐਪਰੀਸ਼ੀਏਟ ਕਰਦੇ ਹਾਂ ਜੇ ਕੋਈ ਬੰਦਾ ਸਾਡੇ ਆਉਂਦਾ, ਕੋਈ ਘੋੜਾ ਪ੍ਰੇਮੀ ਜਾਂ ਆਪਣਾ ਕੋਈ ਜਾਨਵਰਾਂ ਦਾ ਕੋਈ ਵੀ ਪਿਆਰ ਕਰਨ ਵਾਲਾ ਬੰਦਾ ਆਪਣੇ ਕੋਲ ਆਉਂਦਾ ਅਤੇ ਉਹਨਾਂ ਨੂੰ ਜੀਆਇਆਂ ਨੂੰ ਆ। ਠੀਕ ਹੈ ਵੀਰੇ, ਜ਼ਰੂਰੀ ਨਹੀਂ ਆਪਣੇ ਘੋੜੇ ਖਰੀਦਣ ਜਾਂ ਲਵਾਉਣ ਵਾਸਤੇ ਹੀ ਕੋਈ ਘੋੜੇ ਆਉਂਦਾ, ਆਪਣਾ ਕੋਈ ਉੱਦਾਂ ਵੀ ਕੋਈ ਫਰੈਂਡਲੀ ਕੋਈ ਤੌਰ 'ਤੇ ਜਿੱਦਾਂ ਜਾਨਵਰ ਦੇਖਣ ਲਈ ਕੋਈ ਆਇਆ, ਆਪਾਂ ਉਹਨਾਂ ਨੇ ਮੋਸਟ ਵੈਲਕਮ ਹੈ ਜੀ। ਹਾਂਜੀ ਹਾਂਜੀ, ਠੀਕ ਹੈ। ਆਪਾਂ ਖੁਦ ਜਾਨਵਰਾਂ ਨੂੰ ਪਿਆਰ ਕਰਦੇ ਹਾਂ ਜੀ। ਹਾਂਜੀ ਹਾਂਜੀ, ਅਤੇ ਆਪਾਂ ਐਪਰੀਸ਼ੀਏਟ ਕਰਦੇ ਜੇ ਕੋਈ ਐਨੀਮਲ ਲਵਰ ਹੁੰਦਾ ਜਾਂ ਉਹਨਾਂ ਦੀ ਕੇਅਰ ਕਰਦਾ ਜਾਂ ਉਹਨਾਂ ਦੀ ਕੋਈ ਫਿਕਰ ਕਰਦਾ, ਆਪਾਂ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਹਾਂ ਜੀ। ਠੀਕ ਹੈ ਵੀਰੇ, ਵਧੀਆ ਗੱਲ, ਚੰਗੀ ਗੱਲ, ਬਹੁਤ ਚੰਗਾ ਸੁਭਾਅ ਭਾਅ ਜੀ ਉਹਨਾਂ ਦਾ। ਸੋ ਲੰਘਦੇ ਵੜਦੇ ਮੇਰਾ ਵੀਰ ਜ਼ਰੂਰ ਆਇਓ ਫਾਰਮ 'ਤੇ। ਹਾਂ ਪੁੱਤ।